ਪੰਜਾਬ ਮਰਿਆ ਹੀ ਇਸੇ ਕਰਕੇ ਆ ਪੰਜਾਬ ਸਿਆਸੀ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸੋਚਾਂ ਕਰਕੇ ਮਰਿਆ ਗਾਨੇ ਦੀ ਥਾਲੀ ਚ ਖੀਰ ਪਈ ਆ ਤੇ ਚੁੱਕ ਕੇ ਆਪ ਖਾਣ ਲਾਪੋ ਤੇ ਵੰਡ ਲਾਪੋਗੇ ਇਹ ਮੈਂ ਬਣਾਈ ਸੀ ਤੇ ਮੈਂ ਵੰਡ ਰਿਆ ਨਾ ਇਹ ਤੇ ਸਰਾਸਰ ਗਲਤ ਆ ਬਹੁਤ ਪਛੜ ਗਿਆ ਗਿਆ ਪੰਜਾਬ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਪੰਜਾਬ ਨੇ ਸੈਂਟਰ ਦਾ ਦੇਸ਼ ਦਾ ਢਿੱਡ ਭਰਨ ਵਾਸਤੇ ਪਾਣੀ ਖਤਮ ਕਰ ਲਿਆ ਜ਼ਮੀਨ ਖਤਮ ਕਰ ਲਈ ਹੈਗੀ ਆ ਅਸੀਂ ਸਰਹੱਦਾਂ ਦੇ ਜਵਾਨ ਸ਼ਹੀਦ ਕਰਵਾ ਰਿਹਾ ਪੱਕਾ ਦਿਲ ਕਰਕੇ ਆਉਂਦੇ ਪ੍ਰਧਾਨ ਮੰਤਰੀ ਪੰਜਾਬ ਖਾਤਰੀਦਾਰੀ ਵਧਿਆ ਕੀਤੀ ਐ ਅਨਾਉਂਸਮੈਂਟ ਕਰ ਦਿੰਦੇ ਚੰਗੀਆਂ ਪ੍ਰਧਾਨ ਮੰਤਰੀ ਬਾਕੀ ਸਟੇਟਾਂ ਜੇ ਜਾਣਦੇ ਨੇ ਤੇ ਸੈਂਟਰ ਦੀਆਂ ਤਜੋਰੀਆਂ ਖੋਲ ਦਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਉਂਦੇ ਨੇ ਔਰ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਉਦਘਾਟਨ ਕੀਤਾ ਔਰ ਸੰਬੋਧਨ ਹੋ ਕੇ ਗੱਲਾਂ ਕਹੀਆਂ ਇਸ ਦੇ ਵਿੱਚ ਹੋਰ ਕੀ ਹੋਣਾ ਚਾਹੀਦਾ ਸੀ ਇੱਥੋਂ ਤੱਕ ਕਿ ਭਗਵਾਨਤਮਾਨ ਨੇ ਉਹਨਾਂ ਨੇ ਪਿਛਲੀ ਫੇਰੀ ਵੀ ਪੰਜਾਬ ਵਾਲੀ ਯਾਦ ਕਰਾਈ ਕਿ 5 ਜਨਵਰੀ ਤੁਹਾਨੂੰ ਵਾਪਸ ਮੁੜਨਾ ਪਿਆ ਅਸੀਂ ਬਹੁਤ ਦੁਖੀ ਹਾਂ ਤੇ ਇਸ ਵਾਰ ਉਹੀ ਪੰਜਾਬ ਹੈ ਉਹੀ ਲੋਕ ਨੇ ਤੁਹਾਡਾ ਸਵਾਗਤ ਕਰਨ ਲਈ ਤਿਆਰ ਮਿਲਦਾ ਇਹ ਭਗਵੰਤ ਮਾਨ ਨੂੰ ਗੱਲ ਨਹੀਂ ਬੋਲਣੀ ਚਾਹੀਦੀ ਸੀ ਤੁਸੀਂ ਇਹ ਗੱਲ ਬੋਲ ਕੇ ਕਿਹਨੂੰ ਛੋਟਾ ਕਰ ਰਹੇ ਹੋ ਪੰਜਾਬ ਨੂੰ ਛੋਟਾ ਕਰ ਰਹੇ ਹੋ ਜਾਂ ਪ੍ਰਧਾਨ ਮੰਤਰੀ ਨੂੰ ਛੋਟਾ ਕਰ ਰਹੇ ਹੋ ਜਿਹੜਾ ਹੋ ਗਿਆ ਹੋ ਗਿਆ ਜਾਇਦ ਦਿਖਾਉਣਾ ਚਾਹੁੰਦੇ ਸੀ ਕਿ ਉਦੋਂ ਸਰਕਾਰ ਕੋਈ ਹੋਰ ਸੀ ਤੁਹਾਨੂੰ ਮੁੜਨਾ ਪਿਆ ਤੇ ਹੋਣਾ ਸੀ ਅਸੀਂ ਅਸੀਂ ਸਵਾਗਤ ਬਿਲਕੁਲ ਪੰਜਾਬ ਮਰਿਆ ਹੀ ਇਸੇ ਕਰਕੇ ਆ ਪੰਜਾਬ ਸਿਆਸੀ ਲੋਕਾਂ ਦੀਆਂ ਛੋਟੀਆਂ ਛੋਟੀਆਂ ਸੋਚਾਂ ਕਰਕੇ ਮਰਿਆ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਹੋਰ ਸਟੇਟ ਦੇ ਵਿੱਚ ਵੀ ਇਦਾਂ ਹੀ ਹੋਇਆ ਸੀ ਉਹਨਾਂ ਨੇ ਨਹੀਂ ਰੌਲਾ ਪਾਇਆ ਇੱਥੇ ਹੀ ਕਿ ਚਰਨਜੀਤ ਚੰਨੀ ਨੂੰ ਬਦਨਾਮ ਕਰ ਦੋ ਕਾਂਗਰਸ ਸਰਕਾਰ ਨੂੰ ਬਦਨਾਮ ਕਰ ਦੋ ਸਾਰੇ ਟੁੱਟ ਕੇ ਪੈ ਗਏ ਹੋ ਗਈ ਗਲਤੀ ਹੋ ਗਈ ਕਿਸਾਨ ਡਟੇ ਹਾਲਾਂਕਿ ਕੀ ਕਰ ਸਕਦੇ ਹਟਾ ਸਕਦੇ ਬਹੁਤ ਕੁਝ ਹੋ ਸਕਦਾ ਨਹੀਂ ਹੋਇਆ ਨਹੀਂ ਕੀਤਾ ਤੇ ਹੁਣ ਉਹ ਯਾਦ ਕਰਾਉਣ ਵਾਲੀਆਂ ਗੱਲਾਂ ਨਹੀਂ ਔਰ ਭਗਵਾਨ ਮਾਨ ਸਾਹਿਬ ਨੇ ਜੋ ਕੀਤਾ ਮੇਨ ਲੱਗਾ ਕੋਈ ਗੱਲਕ ਸਟੇਜ ਤੋਂ ਕਰਨੀ ਨਹੀਂ ਚਾਹੀਦੀ ਸੀ ਠੀਕ ਹੈ ਜੀ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਵਾਸਤੇ ਅੱਜ ਉਹਨਾਂ ਨੂੰ ਦਿਲ ਵੱਡਾ ਕਰਕੇ ਆਏ ਨੇ ਤੇ ਇੱਕ ਵੱਡੀਆਂ ਸਗਾਤਾਂ ਦੇ ਕੇ ਜਾਂਦੇ ਪੰਜਾਬ ਨੂੰ ਫਿਰ ਪੰਜਾਬ ਨੂੰ ਇਹ ਕਹਿੰਦੀ ਲੋੜ ਨਹੀਂ ਭਗਵੰਤ ਮਾਨ ਨੂੰ ਇਹ ਕਹਿੰਦੀ ਲੋੜ ਨਹੀਂ ਕਿ ਪਿੱਛੇ 5 ਜਨਵਰੀ ਨੂੰ ਕੀ ਹੋ ਗਿਆ ਠੀਕ ਹੈ ਇੰਦਾਂ ਦੇ ਪੰਜਾਬ ਦੇ ਨਾਲ ਬਹੁਤ ਕੁਝ ਹੋਇਆ ਪੰਜਾਬ ਵੰਡਿਆ ਗਿਆ ਪੰਜਾਬੀ ਮਾਰੇਗੇ ਦਿੱਲੀ ਮਾਰੇਗੇ ਬਹੁਤ ਕੁਝ ਹੋਇਆ ਉਹ ਦੱਸਣ ਦਾ ਕੋਈ ਫਾਇਦਾ ਜੇ ਕਿਸੇ ਨੇ ਕਰਨ ਨਹੀਂ ਮੈਨੂੰ ਲੱਗਦਾ ਇਹ ਭਗਵੰਤ ਮਾਨ ਸਾਹਿਬ ਨੂੰ ਨਹੀਂ ਗੱਲ ਕਰਨੀ ਚਾਹੀਦੀ ਔਰ ਜਿੱਤੋਂ ਤੱਕ ਬੀਜੇਪੀ ਹੁਣ ਅੱਡ ਲੜ ਰਹੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਰਲਵਾਉਣ ਵਾਸਤੇ ਪੰਜਾਬ ਨੂੰ ਆਪਣੇ ਨਾਲ ਜੋੜਨ ਵਾਸਤੇ ਅੱਜ ਜਿੰਨਾ ਵੀ ਵੱਡਾ ਐਲਾਨ ਕਰਕੇ ਜਾਂਦੇ ਨਾ ਕਿਉਂਕਿ ਇਹਦੇ ਡਾਕਟਰ ਮਨਮੋਹਨ ਸਿੰਘ ਵੇਲੇ ਪ੍ਰੋਜੈਕਟ ਪਾਸ ਹੋਇਆ ਉਸ ਸਮੇਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਇਹ ਅਧਗਟਨ ਕਰਨ ਆਏ ਨੇ ਹੁੰਦਾ ਰਹਿੰਦਾ ਕੋਈ ਸਰਕਾਰ ਨੀ ਪੱਥਰ ਰੱਖਦੀ ਆ ਟਾਈਮ ਨਿਕਲ ਜਾਂਦਾ ਫਿਰ ਅਗਲੀ ਸਰਕਾਰ ਪੂਰੀ ਹੋ ਜਾਂਦੀ ਹੈ ਜਿੱਦਾਂ ਹੁਣ ਪੁਲਿਸ ਵਾਲਿਆਂ ਦੀ ਜਿਹੜੀ ਭਰਤੀ ਆ ਇਹ ਕਾਂਗਰਸ ਵੇਲੇ ਚੋਣ ਜਾਬਤਾ ਲੱਗਿਆ ਸੁਖਜਿੰਦਰ ਰੰਧਾਵਾ ਕਹਿੰਦੇ ਪੂਰਾ ਪ੍ਰੋਸੈਸ ਤੇਹੀ ਕੀਤਾ ਉਹ ਵੱਖਰੀ ਗੱਲ ਆ ਅਸੀਂ ਉਹ ਨਹੀਂ ਦੇ पाए ਨਿਯੁਕਤੀ ਪੱਤਰ ਨਹੀਂ ਦੇ पाए ਹੁਣ ਆਮ ਆਦੀ ਪਾਰਟੀ ਨੇ 17000 ਅਸੀਂ ਨਿਯੁਕਤੀ ਪੱਤਰ ਦੇ ਚੁਕੇ ਇਹ ਉਹ ਲੋਕ ਨੇ ਜਿਹੜੇ ਕਾਂਗਰਸ ਸਰਕਾਰ ਵੱਲੇ ਪ੍ਰੋਸੈਸ ਸ਼ੁਰੂ ਹੈ ਤੇ ਕੰਪਲੀਟ ਜਾ ਕੇ ਇਲੈਕਸ਼ਨਲ ਚੋਣ ਭਰਤੀ ਸਿਰੇ ਚੜਾਉਣ ਲਈ ਵੀ ਬੜੀ ਜਦੋਜਾਦ ਕਰਨੀ ਪਈ ਉਹਨਾਂ ਉਮੀਦਵਾਰਾਂ ਨੂੰ ਜਿਹੜੇ ਸਿਲੈਕਟ ਹੋਏ ਸੀ ਇਸ ਭਰਤੀ ਦੇ ਲਈ ਮੈਨੂੰ ਬਿਲਕੁਲ ਕਿ ਬਗਾਨੇ ਦੀ ਥਾਲੀ ਚ ਖੀਰ ਪਈ ਆ ਤੇ ਚੋਕ ਕੇ ਆਪ ਖਾਣ ਲਾਪੋ ਤੇ ਵੰਡ ਲਾਪੋਗੇ ਇਹ ਮੈਂ ਬਣਾਈ ਸੀ ਤੇ ਮੈਂ ਵੰਡ ਰਿਆ ਨਾ ਇਹ ਤੇ ਸਰਾਸਰ ਗਲਤ ਆ ਪਰ ਜਿੰ ਤੋ ਤੱਕ ਦੇਖੋ ਭਾਰਤੀ ਜਨਤਾ ਪਾਰਟੀ ਨੂੰ ਅੱਜ ਚਾਹੀਦਾ ਹੈ ਪੰਜਾਬ ਸਰਕਾਰ ਨੇ ਮੰਗਾ ਕੀ ਰੱਖੀਆਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਸਰਕਾਰ ਨਾਲ ਵੱਡੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਇਓ ਵੱਡਾ ਦਿਲ ਕਰਕੇ ਆਇਓ ਤੇ ਵੱਡੀਆਂ ਸਗਾਤਾਂ ਦੇ ਕੇ ਆਓ ਪੰਜਾਬ ਬਹੁਤ ਆਰਥਿਕ ਪੱਖੋਂ ਬਹੁਤ ਪਛੜ ਗਿਆ ਹੈ ਪੰਜਾਬ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਪੰਜਾਬ ਨੇ ਸੈਂਟਰ ਦਾ ਦੇਸ਼ ਦਾ ਢਿੱਡ ਭਰਨ ਵਾਸਤੇ ਪਾਣੀ ਖਤਮ ਕਰ ਲਿਆ ਜ਼ਮੀਨ ਖਤਮ ਕਰ ਲਈ ਹੈਗੀ ਆ ਅਸੀਂ ਸਰਹੱਦਾਂ ਦੇ ਜਵਾਨ ਸ਼ਹੀਦ ਕਰਵਾ ਰਹੇ ਆ ਸਾਨੂੰ ਮਿਲਣਾ ਚਾਹੀਦਾ ਔਰ ਪਿਛਲੀਆਂ ਗੱਲਾਂ ਭੁੱਲ ਜਾਣੀਆਂ ਚਾਹੀਦੀਆਂ ਹੋ ਗਿਆ ਹੋ ਗਿਆ ਕੁਝ ਨਹੀਂ ਇਨਵੈਸਟੀਗੇਸ਼ਨ ਚੱਲ ਰਹੀ ਆ ਜਸਟ ਇੱਕ ਜਸਟਿਸ ਮੈਡਮ ਦੀ ਅਗਵਾਈ ਚ ਜਾਂਚ ਬਣਾਈ ਦੋਸ਼ੀ ਹੋ ਜਾਣਗੇ ਫੜੇ ਜਾਣਗੇ ਸਿਆਸੀ ਲੋਕਾਂ ਦੀ ਗਲਤੀ ਜਾਂ ਪੁਲਿਸ ਵਾਲਿਆਂ ਦੀ ਗਲਤੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਗਲਤੀ ਫੜੇ ਜਾਣਗੇ ਲੇਕਿਨ ਤੁਸੀਂ 22 ਵੀ ਲੜਨੀ ਆ ਅੱਡ 13 ਸੀਟਾਂ ਤੁਸੀਂ ਲੜਨੀ ਆ ਅੱਗੇ ਤਿੰਨਾਂ ਦੇ ਲੜਦੇ ਤੁਸੀਂ 27 117 ਸੀਟਾਂ ਦੇ ਲੜਨੀ ਅੱਗੇ ਤੁਸੀਂ 27ਾਂ ਸੀਟਾਂ ਦੇ ਲੜਦੇ ਉਹਨੂੰ ਜਿੱਤਣ ਵਾਸਤੇ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਅੱਜ ਵੱਡਾ ਦਿਲ ਕਰਕੇ ਆਉਂਦੇ ਪ੍ਰਧਾਨ ਮੰਤਰੀ ਪੰਜਾਬ ਖਾਤਰੀਦਾਰੀ ਵਧਿਆ ਕੀਤੀ ਐ ਅਨਾਉਂਸਮੈਂਟ ਕਰ ਜਾਂਦੇ ਚੰਗੀਆਂ ਇਹਦੇ ਇੱਕ ਅਦਗਠਨ ਕਰਕੇ ਚਲੇ ਗਏ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਕਿ ਪੰਜਾਬ ਦੇ ਨਾਲ ਨਾ ਇਨਸਾਫ ਨਹੀਂ ਹੋਇਆ ਪ੍ਰਧਾਨ ਮੰਤਰੀ ਬਾਕੀ ਸਟੇਟਾਂ ਜੇ ਜਾਣਦੇ ਨੇ ਤੇ ਸੈਂਟਰ ਦੀਆਂ ਤਜੋਰੀਆਂ ਖੋਲ੍ਹ ਦਿੰਦੇ ਨੇ ਪੰਜਾਬ ਨੂੰ ਵੀ ਖੋਲ੍ਹਣੀ ਚਾਹੀਦਾ ਹਾਂ ਹੋ ਸਕਦਾ ਕਿਸੇ ਦੇ ਚੋਣਾ ਨਹੀਂ ਆਈਆਂ ਚੋਣਾ ਵੇਲੇ ਅਨਾਉਂਸਮੈਂਟ ਹੁੰਦੀ ਕਿ ਸਮਾਂ ਬਾਕੀ ਆ ਪਰ ਕੁਛ ਨਾ ਕੁਛ ਪ੍ਰਧਾਨ ਮੰਤਰੀ ਸਾਹਿਬ ਨੂੰ ਦੇ ਦੇ ਕੇ ਜਾਣਾ ਚਾਹੀਦਾ ਸੀ ਜੀ ਬਹੁਤ ਸ਼ੁਕਰੀਆ ਧੰਨਵਾਦ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਹਨਾਂ ਦੋ ਵਿਸ਼ਿਆਂ ਦੇ ਉੱਤੇ ਅਸੀਂ ਚਰਚਾ ਕੀਤੀ ਹੈ ਸਾਨੂੰ ਉਮੀਦ ਹੈ ਕਿ ਜਿਹੜੇ ਸਵਾਲ ਖੜੇ ਕੀਤੇ ਜਾਂਦੇ ਨੇ ਇਸ ਦਾ ਜਵਾਬ ਜਿਸ ਨੂੰ ਦੇਣਾ ਬਣਦਾ ਹੈ ਖਾਸ ਕਰਕੇ ਸਰਕਾਰ ਨੂੰ ਹਕੂਮਤ ਨੂੰ ਉਹ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਦਾ ਭਲਾ ਕੀਤਾ ਜਾ ਸਕੇ ਜਿਸ ਦੇ ਲਈ ਇਸਨਾਂ ਨੂੰ ਚੁਣਿਆ ਜਾਂਦਾ ਹੈ